फिर असी भी अज ला दें नारा हिंदुस्तान दा हिंदुस्तान हिंदुस्तान हिंदुस्तान। अस्सलामु अलैकुम, सत श्री अकाल। की हाल है शहजादे, किदां सारे वीर? राजी तकड़े खुश बाश, उम्मीद करना वा सारे वीर खैर खरीयत नाल होंगे तां खुश बाश होंगे, अपने दोस्तां दे नाल ते अपने बेली सज्जणा दे नाल ते अपने जिगरी यारां दे नाल। ਇੱਦਾਂ ਹੀ ਹੱਸਦੇ ਤੇ ਵਸਦੇ ਰਹੋ ਮੇਰੇ ਸ਼ਹਿਜ਼ਾਦੇ ਵੀਰੋ। ਤਾਂ ਵੀਰੋ ਅੱਜ ਦੀ ਵੀਡੀਓ ਆ ਆ ਮੰਡ ਤੇ ਆ ਮੁਸ਼ਕ ਮਾਰਿਆ ਕੁੱਤਾ, ਇਹ ਆ ਮੁਸ਼ਕ ਮਾਰਿਆ ਕੁੱਤਾ। ਇਹ ਸਾਲਾ ਅੱਜ ਕੱਲ੍ਹ ਫਿਰ ਬੜਾ ਭੌਂਕ ਰਿਹਾ ਇੱਧਰ ਉੱਧਰ ਜਾ ਕੇ ਗਲੀਆਂ ਮਹੱਲਿਆਂ ਦੇ ਵਿੱਚ। ਇਹ ਅੱਜ ਦੂਜੇ ਤੀਜੇ ਦਿਨ ਦਾ ਦੋ ਤਿੰਨ ਪਿੰਡਾਂ ਦੇ ਵਿੱਚ ਜਾ ਚੁੱਕਿਆ ਵਾ। ਇਹਨੇ ਸੰਤਾਂ ਬਾਰੇ ਵੀ ਬਹੁਤ ਗਲਤ ਬੋਲਿਆ ਵਾ। ਸੰਤਾਂ ਦੇ ਮਾੜਾ ਬੋਲਦਾ ਰਿਹਾ, ਸਾਡੇ ਸਿੱਖ ਸਮਾਜ ਦੇ ਮਾੜਾ ਬੋਲਦਾ ਰਿਹਾ। ਉਹਨੇ ਇਹ ਵੀ ਗੱਲ ਕਹੀ ਇੱਕ ਮੁੱਠੀ ਭਰ ਸਿੱਖ ਕਰਨਾਲ ਜ਼ਿਲ੍ਹੇ ਦੇ ਵਿੱਚ ਨੇ ਤੇ ਇਹ ਹੀ ਨਹੀਂ ਟਿਕਦੇ। ਆ ਵੀ ਗੱਲਾਂ ਉਹਨੇ ਕਹੀਆਂ ਨੇ, ਜੇ ਨਹੀਂ ਤਾਂ ਕਲਿੱਪ ਕੱਢ ਕੇ ਵੇਖ ਲਓ ਉਹਦੇ ਵਿੱਚ ਇਹਦੀਆਂ ਗੱਲਾਂ ਕੀਤੀਆਂ ਨੇ। ਹਰਿਆਣਾ ਦੇ ਵਿੱਚ ਕਿਤੇ ਦੋ ਘਰਾਂ ਦੀ ਆਪਸ ਦੇ ਵਿੱਚ ਝੜਪ ਹੋਈ ਆ। ਇੱਕ ਸਿੱਖ ਪਰਿਵਾਰ ਸੀਗਾ, ਇੱਕ ਹਿੰਦੂ ਪਰਿਵਾਰ ਸੀਗਾ। ਇਹ ਭੈਣ ਪਾੜ ਹਰਿਆਣਾ ਪਹੁੰਚ ਗਿਆ ਅੱਗ ਲਾਉਣ ਵਾਸਤੇ। ਉਹ ਜਿਹੜੇ ਹਿੰਦੂ ਸੀਗੇ ਨਾ, ਹਿੰਦੂ ਪਰਿਵਾਰ, ਉਹਨਾਂ ਦੇ ਘਰ ਪਹੁੰਚ ਗਿਆ। ਕਰਨੇ ਆ ਗੱਲ ਪਹਿਲੇ, ਜਰਾ ਸਾਰੇ ਵੀਰਾਂ ਵੀਡੀਓ ਦੇਖੋ, ਬਾਕੀ ਗੱਲਾਂ ਫਿਰ ਆਪਾਂ ਬਾਅਦ ਵਿੱਚ ਕਰਨੇ ਦਿੰਦੇ ਹਾਂ ਇਹਦੀ ਕੁੜੀ ਦੇ ਨੈਟਵਰਕ 'ਚ। 45 ਸਾਲ ਉੱਥੇ ਮਰੇ ਹੋਏ ਕਹੋਗੇ, ਹਮਾਰੀ ਯੁਵਾ ਪੀੜ੍ਹੀ 24-25 ਸਾਲ ਵਾਲੀ ਉਦਾਂ ਇਹ ਕਹਿੰਦਾ ਵਾ ਬਈ ਸੰਤ ਭਿੰਡਰਾਂ ਵਾਲਾ ਸ਼ੈਤਾਨ ਸੀ, ਅੰਮ੍ਰਿਤਪਾਲ ਸਿੰਘ ਸ਼ੈਤਾਨ ਸੀ, ਤੇਰੀ ਭੈਣ ਗੜੀ ਸਾਲਿਆ ਸਭ ਤੋਂ ਵੱਡਾ ਸ਼ੈਤਾਨ ਤਾਂ ਤੂੰ ਆ। ਜਿੱਥੇ ਦੋ ਘਰ ਲੜ ਪੈਂਦੇ ਆ, ਤੀਜੇ ਬੰਦੇ ਦਾ ਕੰਮ ਆ ਉਹਨਾਂ ਦੀ ਸੁਲਾਹ ਸਫਾਈ ਕਰਾਉਣੀ, ਉਹਨਾਂ ਦਾ ਰਾਜੀਨਾਮਾ ਕਰਵਾਉਣਾ। ਤੇਰੀ ਭੈਣ ਗੜੀ ਸਾਲਿਆ ਤੂੰ ਉਲਟਾ ਅੱਗ ਲਾਉਣ ਵਾਸਤੇ ਉੱਥੇ ਪਹੁੰਚ ਗਿਆ। ਇੱਕ ਮੰਡ ਹੈ, ਇੱਕ ਉਹਦੇ ਨਾਲ ਹੋਰ ਬੰਦਾ, ਪਤਾ ਨੀ ਉਹ ਕੌਣ ਹੈ ਜਾਂ ਕਿੱਥੋਂ ਦਾ ਹੈ ਜਾਂ ਕਿੱਥੋਂ ਦਾ ਨਹੀਂ। ਕਰਨਾਲ ਆਇਆ, ਕਰਨਾਲ ਆ ਕੇ ਇਹਨੇ ਗੱਲਾਂ ਕੀਤੀਆਂ ਨੇ। ਫਿਰ ਹਨੀ ਸਿੰਘ ਵੀ ਗਿਆ, ਜਰਮਾਣੇ ਵੀ ਗਿਆ ਹੈ, ਤੇ ਉੱਥੇ ਰਾੜੇ ਬਲਾਉਣੇ ਦੇ ਨਾਲ ਰਾੜੇ ਪਿੰਡ ਵੀ ਜਾ ਕੇ ਇਹਨੇ ਬੜੀਆਂ ਮਾੜੀਆਂ ਗੱਲਾਂ ਕੀਤੀਆਂ ਨੇ। ਉੱਥੇ ਸਕੂਲ ਚ ਬੰਦੇ ਇਕੱਠੇ ਕਰਕੇ ਮਾੜੀਆਂ ਕੀਤੀਆਂ ਨੇ। ਫਿਰ ਉਹਨਾਂ ਦੇ ਘਰ ਜਾ ਕੇ, ਜਿਹੜੇ ਮੁੰਡੇ ਨਾਲ ਮਾੜਿਆ ਰੌਲਾ ਸੀ, ਉਹਨਾਂ ਦੇ ਘਰ ਜਾ ਕੇ ਵੀ ਮਾੜੀਆਂ ਗੱਲਾਂ ਕਰਦਾ। ਸੰਤਾਂ ਦੇ ਮਾੜਾ ਬੋਲਦਾ ਰਿਹਾ, ਸਾਡੇ ਸਿੱਖ ਸਮਾਜ ਦੇ ਮਾੜਾ ਬੋਲਦਾ ਰਿਹਾ। ਉਹਨੇ ਇਹ ਵੀ ਗੱਲ ਕਹੀ ਇੱਕ ਮੁੱਠੀ ਭਰ ਸਿੱਖ ਕਰਨਾਲ ਜ਼ਿਲ੍ਹੇ ਦੇ ਵਿੱਚ ਨੇ ਤੇ ਇਹ ਹੀ ਨਹੀਂ ਟਿਕਦੇ। ਆ ਵੀ ਗੱਲਾਂ ਉਹਨੇ ਕਹੀਆਂ ਨੇ, ਜੇ ਨਹੀਂ ਤਾਂ ਕਲਿੱਪ ਕੱਢ ਕੇ ਵੇਖ ਲਓ ਉਹਦੇ ਵਿੱਚ ਇਹਦੀਆਂ ਗੱਲਾਂ ਕੀਤੀਆਂ ਨੇ। ਇਹਦੇ ਤੇ ਸਖ਼ਤ ਐਕਸ਼ਨ ਲਿਆ ਜਾਏ ਤੇ ਇੱਥੇ ਕਾਨੂੰਨੀ ਕਾਰਵਾਈ ਜੋ ਬਣਦੀ ਏ, ਐਸਪੀ ਸਾਹਿਬ, ਡੀਸੀ ਸਾਹਿਬ, ਇੱਥੇ ਸਖ਼ਤ ਐਕਸ਼ਨ ਲੈ ਕੇ ਤੇ ਇੱਥੇ ਕਾਨੂੰਨੀ ਕਾਰਵਾਈ ਸਖ਼ਤ ਤੋਂ ਸਖ਼ਤ ਕੀਤੀ ਜਾਏ। ਓਕੇ ਵੀਰੋ, ਚਾਹੁੰਦਾ ਵਾ ਇਜਾਜ਼ਤ, ਅੱਜ ਦੀ ਵੀਡੀਓ ਇੰਨੀ ਆ। ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ, ਤਾਂ ਤੱਕ ਰੱਬ ਰਾਖਾ। ਸਾਰੇ ਵੀਰਾਂ ਨੂੰ ਢੇਰ ਸਾਰਾ ਪਿਆਰ ਤੇ ਲਵ ਯੂ ਸਾਰੇ ਵੀਰਾਂ ਨੂੰ। ਜਿਉਂਦੇ ਵਸਦੇ ਰਹੋ ਆਪਣੇ ਜਿਗਰੀ ਯਾਰਾਂ ਦੇ ਨਾਲ। ਖਾਲਿਸਤਾਨ ਜ਼ਿੰਦਾਬਾਦ, ਹਿੰਦੁਸਤਾਨ ਹਿੰਦੁਸਤਾਨ।